ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਸੋਈ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਾਥ ਰਹਾ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਪ੍ਰਭਾਤ ਸਮੇਂ ਆਪ ਸਤਸੰਗੀ ਬਣੇ ਹੋ ਗੁਰਬਾਣੀ ਵਿਆਖਿਆਨ ਵਿੱਚ ਬਿਲਾਵਲ ਰਾਗ ਦੇ ਪਾਵਨ ਵਾਕ ਗੁਰੂ ਅਰਜਨ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਅਸੀਂ ਵਿਚਾਰਦੇ ਹਾਂ ਸ਼ਬਦ ਆਪ ਨੇ ਸਰਵਨ ਕੀਤਾ ਹੈ ਰਹਾਉ ਦਾ ਪਦਾ ਬੀਤੇ ਕੱਲ੍ਹ ਵਿਚਾਰਨਾ ਪ੍ਰਾਰੰਭ ਕੀਤਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਉਹਦੇ ਸੰਬੰਧ ਵਿੱਚ ਵਿਚਾਰਾਂ ਦਾ ਜ਼ਿਆਦਾ ਬਹਾ ਰਿਹਾ ਸੋ ਅੱਜ ਯਤਨ ਕਰਾਂਗੇ ਸਮੁੱਚੇ ਸ਼ਬਦ ਨੂੰ ਅਸੀਂ ਵਿਸਥਾਰ ਸਹਿਤ ਵਿਚਾਰ ਸਕੀਏ ਵਾਕ ਸੀਗਾ ਤੁਝੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਬਾਣੀ ਨੇ ਬੜੇ ਸੁੰਦਰ ਭਾਵ ਵਿੱਚ ਬਿਆਨ ਕੀਤਾ ਹੈਗਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਸ਼ਬਦ ਪੜ੍ਹਦੇ ਹਾਂ ਸੂਈ ਚੰਦ ਚੜ੍ਹੈ ਸੇ ਤਾਰੇ ਸੋਈ ਦਿਨੀ ਅਰ ਤਪਤ ਰਹੇ ਸਾ ਧਰਤੀ ਸਾ ਪੌਣ ਚੁਲਾਰੇ ਜੁਗ ਜੀ ਖੇਲੈ ਥਾਂਵ ਕੈਸੇ ਜੀਵਨ ਤਲਬ ਨਿਵਾਰ ਹੋਏ ਪਰਵਾਣਾ ਕਰੇ ਤਿੰਗਾਣਾ ਕੱਲ ਲੱਖਣ ਵਿਚਾਰ ਉਹਦੇ ਜੀ ਸਾਹਿਬ ਅੱਗੇ ਜਾ ਕੇ ਜ਼ਿਕਰ ਕਰਦੇ ਕਹਿੰਦੇ ਜਿਸੈ ਸਿਕਦਾਰੀ ਤਿਸੈ ਖੁਆਰੀ ਚਾਕਰ ਕਿਹੇ ਡਰਨਾ ਜਿਸੈ ਸਿਕਦਾਰੀ ਤਿਸੈ ਖੁਆਰੀ ਜਿਹੜਾ ਆਪਣੇ ਆਪ ਨੂੰ ਸਿਕਦਾਰ ਭਾਵ ਆਪਣੇ ਆਪ ਨੂੰ ਵੱਡਾ ਲੀਡਰ ਮਾਲਕ ਜਿਹੜਾ ਆਪਣੇ ਆਪ ਨੂੰ ਚੌਧਰੀ ਅਖਵਾਏਗਾ ਸਭ ਕਹਿੰਦੇ ਖੁਆਰੀ ਪੱਕੀ ਹੈ ਖੁਆਰੀ ਤੋਂ ਕੌਣ ਬਚਾ ਸਕਦਾ ਹੈ ਇੱਥੇ ਗੁਰਮਤਾਸ਼ੇ ਦੀ ਬਾਤ ਇਹ ਹੈ ਹਲੀਮੀ ਸਭ ਸੁੱਖਾਂ ਦਾ ਦਾਰੂ ਹੈ ਹੰਕਾਰ ਸਭ ਦੁੱਖਾਂ ਦੀ ਖਾਨ ਹੈ ਇਹ ਬੰਦੇ ਤੇਰੇ 'ਤੇ ਡਿਪੈਂਡ ਕਰਦਾ ਕਿਹੜੇ ਪਾਸੇ ਜਾਣਾ ਹੈ ਤੂੰ
ਅਸੀਂ ਅਕਸਰ ਬਚਨ ਵਿਚਾਰਦੇ ਹਾਂ, ਗੁਰੂ ਮਹਾਰਾਜ ਜੀ ਨੇ ਇਸ ਤੋਂ ਵੱਡਾ ਸੱਚ ਕੀ ਹੋ ਸਕਦਾ ਹੈ? ਬਾਬਾ ਜੀ ਨੇ ਜ਼ਿਕਰ ਕੀਤਾ ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਬਣ ਜਾ ਸਿੰਬਲ, ਬੜਾ ਵੱਡਾ ਹੁੰਦਾ, ਬੜਾ ਦੀਰਘ ਆ, ਬੜਾ ਵੱਡਾ ਮਤਲਬ ਗਹਿਰਾ ਉਹਦਾ ਸਾਰੇ ਦਾ ਸਾਰਾ ਰੂਪ ਆ, ਪਰ ਹੁੰਦਾ ਕੀ ਹੈ? ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ, ਕੁਝ ਵੀ ਕੰਮ ਨਹੀਂ ਆਉਂਦਾ, ਨਾ ਫਲ ਨਾ ਫੁੱਲ ਨਾ ਪੱਤ, ਕੁਛ ਵੀ ਕਿਸੇ ਲੇਖੇ 'ਚ ਨਹੀਂ ਗਾ। ਫਿਰ ਸਾਹਿਬ ਨੇ ਕਿਹਾ ਹਾਂ ਮਿੱਠਤ ਨੀਵੀਂ ਨਾਨਕਾ, ਇਹ ਕਿਉਂ ਨਹੀਂ ਫੜਦਾ? ਮਿਠਾਸ ਜੀ ਕਹਿ ਕੇ ਬੁਲਾਉਣਾ, ਜੀ ਕਹਿ ਕੇ ਰਹਿਣਾ, ਆਪਸ ਦੇ ਵਿੱਚ ਬੋਲ ਬਾਣੀ ਦੇ ਵਿੱਚ ਸੁਧਾਰ ਕਰਨਾ, ਇਹ ਰੂਪ ਆ, ਇਹ ਦਾਸ ਬਿਰਤੀ ਹੈ, ਇਹ ਹੈ ਮੌਲਿਕ ਰੂਪ ਵਿੱਚ ਬੰਦੇ ਦਾ ਸ਼ੁਭ ਗੁਣ। ਬੋਲ ਬਾਣੀ ਉਹਦੀ ਠੀਕ ਹੋਣੀ, ਲਿਆਕਤ ਹੋਣੀ ਉਹਦੇ ਕੋਲ, ਇਹ ਪਹਿਲਾ ਪੜਾਅ ਹੈ ਬੰਦੇ ਦਾ। ਕਹਿੰਦੇ ਨੇ ਬੰਦੇ ਦੀ ਜਿਹੜੀ ਅਸਲ ਪਹਿਚਾਣ ਆ ਉਹ ਗੁਫ਼ਤਗੂ ਤੋਂ ਹੁੰਦੀ ਹੈ। ਵੇਖਣ ਨੂੰ ਭਾਵੇਂ ਕੋਈ ਬੜਾ ਵਧੀਆ ਲੱਗਦਾ ਹੈਗਾ, ਉਹਦੇ ਲਿਬਾਸ ਵਧੀਆ ਹੈ, ਪਹਿਰਾਵਾ ਵਧੀਆ ਹੈ, ਸਭ ਚੀਜ਼ਾਂ ਵਧੀਆ ਨੇ, ਪਰ ਮੂੰਹ ਖੋਲ੍ਹੇਗਾ ਤਾਂ ਪਤਾ ਲੱਗੇਗਾ ਨਾ ਕੋਠੜੀ ਮਿੱਟੀ ਦੀ ਹੈ ਕਿ ਸੋਨੇ ਦੀ ਹੈ। ਜਦੋਂ ਮੂੰਹ ਖੁੱਲ੍ਹਣਾ ਹੈ ਫਿਰ ਅਹਿਸਾਸ ਆਵੇਗਾ ਬੰਦਾ ਖੜ੍ਹਾ ਕਿੱਥੇ ਹੈ। ਸਭ ਜ਼ਿਕਰ ਕਰਦੇ ਮਿੱਠਤ, ਫਿਰ ਕਿਹਾ ਨੀਵੀਂ ਹਲੀਮੀ ਨਿਮਰਤਾ, ਵਨਿਮਰ ਭਾਵ ਦੇ ਵਿੱਚ ਹਰ ਚੀਜ਼ ਨੂੰ ਬੜੇ ਦਾਸ ਰੂਪ ਦੇ ਵਿੱਚ ਆਪਣੇ ਆਪ ਨੂੰ ਐਕਸੈਪਟ ਕਰਨਾ। ਸੋ ਇਹ ਗੁਰਮਤਿ ਦਾ ਆਸ਼ਾ ਹੈਗਾ ਵੀ ਭਾਈ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਜਿਹੜਾ ਹੈਗਾ ਚੌਧਰੀ ਸਿਕਦਾਰ ਥਾਪਣ ਦਾ ਯਤਨ ਕਰਦੇ ਨੇ, ਦੂਜਿਆਂ ਤੋਂ ਉੱਚੇ ਬਣਨ ਦਾ ਯਤਨ ਕਰਦੇ ਨੇ, ਅਤੇ ਗੁਣ ਕੋਈ ਨਹੀਂ ਹੁੰਦਾ, ਇਹ ਵੀ ਇੱਕ ਮੁਸ਼ਕਲ ਹੈ। ਜਿੰਨਾ ਗੁਣ ਹੋਏਗਾ ਉਨਾ ਬੰਦਾ ਨਿਵੇਂਗਾ। ਬਾਣੀ ਦਾ ਵੀ ਇਹ ਬਚਨ ਅਸੀਂ ਪੜ੍ਹਦੇ ਹਾਂ, ਸਾਹਿਬ ਜ਼ਿਕਰ ਕਰਦੇ ਕਿ ਜਦੋਂ ਸੰਸਾਰ ਵਿੱਚ ਵੇਖਦੇ ਹਾਂ ਨਾ ਕਿ ਜਿਹੜਾ ਹੈਗਾ ਨਿਵੇਂ ਸੋ ਗੌਰਾ ਹੋਏ, ਗੌਰਾ ਭਾਰੇ ਨੂੰ ਕਿਹਾ ਜਾਂਦਾ ਹੈਗਾ, ਤੱਕੜ ਦਾ ਜਦੋਂ ਭਾਰ ਅਸੀਂ ਤੋਲਦੇ ਹਾਂ ਜਿਹੜਾ ਭਾਰਾ ਹੁੰਦਾ ਉਹ ਨਿਮ ਜਾਂਦਾ, ਲਿਫ ਜਾਂਦਾ, ਝੁੱਕ ਜਾਂਦਾ ਹੈਗਾ। ਐਕਚੁਅਲ ਲੈਵਲ 'ਤੇ ਹੀ ਬਾਤ, ਜਿਹਨੂੰ ਭਗਤ ਫਰੀਦ ਜੀ ਨੇ ਕਿਹਾ ਸੀ ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜ਼ੀਰਾਂ। ਦਰਵੇਸ਼ ਕੀ ਸਿੱਖਣੀ ਆ? ਰੁੱਖਾਂ ਤੋਂ ਕਿਉਂ ਨਹੀਂ ਸਿੱਖਦਾ? ਰੁੱਖਾਂ ਤੋਂ ਕਿਵੇਂ? ਮਹਾਰਾਜ ਦੀ ਪਾਵਨ ਬਾਣੀ 'ਚ ਬੜੇ ਐਸੀਆਂ ਐਗਜ਼ਾਮਪਲਸ ਹੈਗੀਆਂ। ਆਪ ਦੇਖੋਗੇ ਕਿਸੇ ਨੇ ਫਲ ਵਾਲਾ ਬੂਟਾ ਲਾਇਆ ਭਾਰਤੀ ਖਿੱਤੇ ਦੇ ਵਿੱਚ, ਬਾਕੀ ਬੂਟੇ 'ਤੇ ਲੋਕ ਚਲੋ ਜਿਹੜਾ ਹੈਗਾ ਮਾਲੀ ਵਗੈਰਾ ਲਾਉਂਦੇ ਸੀਗੇ, ਪਰ ਜਿਨ੍ਹਾਂ ਨੂੰ ਅਸੀਂ ਬੇਰ ਜਾਂ ਬੇਰੀਆਂ ਕਹਿੰਦੇ ਆਪ ਹੀ ਉੱਗਦੇ ਸੀ। ਉੱਥੋਂ ਦਾ ਨੇਟਿਵ ਜਿਹੜਾ ਫਰੂਟ ਟ੍ਰੀ ਹੈਗਾ ਉਹ ਬੇਰੀਆਂ, ਮਤਲਬ ਆਪਣੇ ਆਪ ਉੱਗਣੀਆਂ ਬੇਤਹਾਸ਼ਾ, ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਬੈਰੀਜ਼ ਕਹਿ ਦਿੰਦੇ ਹਾਂ। ਐਕਚੁਅਲ ਲੈਵਲ 'ਤੇ ਵਾਈਲਡ ਬੈਰੀਜ਼ ਬਹੁਤ ਉੱਗਦੀਆਂ ਨੇ, ਜਿਨ੍ਹਾਂ ਦੇ ਵਿੱਚ ਬਲਿਊ ਬੈਰੀਜ਼ ਨੇ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਰਸ ਬੈਰੀਜ਼ ਨੇ, ਇਹੋ ਜਿਹੀਆਂ ਜਿਹੜੀਆਂ ਬੈਰੀਜ਼ ਹੁੰਦੀਆਂ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ ਕਿ ਇੱਕ ਫਲ ਵਾਲਾ ਬੂਟਾ ਹੈ ਉਹ ਸਪੋਜ਼ ਕਰੋ ਕਿਸੇ ਨੇ ਲਾਇਆ ਵਿਹੜੇ ਦੇ ਵਿੱਚ। ਹੁਣ ਹੁੰਦਾ ਕਿ ਉਹ ਲਾਇਆ ਸੀਗਾ ਕੋਈ ਇੱਕ ਡੇਢ ਫੁੱਟ ਦਾ, ਇੱਕ ਸਾਲ ਨਿਕਲਿਆ, ਸਾਲ ਬਾਅਦ ਬਹਾਰ ਆਈ ਅਤੇ ਬਹਾਰ ਤੋਂ ਬਾਅਦ ਉਹ ਬੂਟਾ ਜਦੋਂ ਦੁਬਾਰਾ ਉਹਨੂੰ ਨਵੇਂ ਪੱਤ ਨਿਕਲੇ, ਸਲਰਾਂ ਨਿਕਲੀਆਂ, ਸਫੁੱਟਾਂ ਨਿਕਲੀਆਂ, ਅਤੇ ਉਹ ਇੱਕ ਡੇਢ ਫੁੱਟ ਤੋਂ ਦੋ ਢਾਈ ਫੁੱਟ ਦਾ ਹੋ ਗਿਆ। ਇਹੋ ਜਿਹੀਆਂ ਦੋ ਤਿੰਨ ਚਾਰ ਪੰਜ ਬਹਾਰਾਂ ਲੰਘੀਆਂ ਅਤੇ ਹੁਣ ਲੱਗ ਇਹ ਰਿਹਾ ਕਿ ਉਹ ਬੂਟਾ ਆਈ ਬਹਾਰ ਕੋਈ ਦੋ ਚਾਰ ਫੁੱਟ ਉੱਚਾ ਹੋ ਜਾਂਦਾ, ਹੋਰ ਵੱਡਾ ਹੋ ਜਾਂਦਾ। ਹੁਣ ਚਾਰ ਕੁ ਬਹਾਰਾਂ ਬਾਅਦ ਅੱਜ ਪੰਜਵੀਂ ਬਹਾਰ ਆਈ ਹੈ, ਉਹ ਬੂਟੇ ਨੂੰ ਨਵੀਆਂ ਸਲਰਾਂ ਫੁੱਟੀਆਂ ਨੇ, ਨਵੀਆਂ ਕਪੋਲਾਂ ਨਿਕਲੀਆਂ ਨੇ, ਨਵੇਂ ਪੱਤ ਨਿਕਲੇ ਨੇ ਉਹਦੇ ਵਿੱਚੋਂ। ਪਰ ਇਸ ਵਾਰ ਕੀ ਹੋਇਆ? ਇਸ ਵਾਰ ਕਮਾਲ ਦੇਖਣ ਵਾਲੀ ਹੈ ਕਿ ਉਹਨਾਂ ਨਵੀਆਂ ਜਿਹੜੀਆਂ ਅੰਕੁਰ ਫੁੱਟ ਰਹੇ ਸੀਗੇ ਉਹਦੇ ਵਿੱਚੋਂ ਨਵੇਂ ਪੱਤਿਆਂ ਦੇ, ਉਹਨਾਂ ਦੇ ਵਿੱਚ ਛੋਟਾ ਛੋਟਾ ਬੂਰ ਵੀ ਹੈ। ਉਹ ਬੂਰ ਵਕਤ ਪਾ ਕੇ ਫੁੱਲ ਬਣਦਾ ਹੈ, ਉਹ ਫੁੱਲ ਹੌਲੀ ਹੌਲੀ ਜਿਹੜਾ ਸੁੱਕਦੇ ਅਤੇ ਫਿਰ ਉਹ ਹੌਲੀਆਂ ਹੌਲੀਆਂ ਡੋਡੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ, ਅਤੇ ਅਲਟੀਮੇਟਲੀ ਕੀ ਹੁੰਦਾ? ਵੇਖਣ ਵਾਲਾ ਬੜਾ ਹੈਰਾਨ ਹੁੰਦਾ ਹੈ। ਬਹਾਰ ਗੁਜ਼ਰਦੀ ਸੀ ਬੂਟਾ ਦੋ ਚਾਰ ਫੁੱਟ ਉੱਚਾ ਹੋ ਜਾਂਦਾ ਸੀਗਾ, ਇਸ ਵਾਰੀ ਬਹਾਰ ਗੁਜ਼ਰ ਰਹੀ ਹੈ ਬੂਟਾ ਪਹਿਲੇ ਨਾਲ ਵੀ ਅੱਧਾ ਹੋ ਗਿਆ, ਇਹ ਕੀ ਬਣਿਆ ਹੈ? ਇਹ ਤਾਂ ਉੱਚਾ ਹੋਣਾ ਚਾਹੀਦਾ ਸੀਗਾ, ਹੁਣ ਕੀ ਹੋਇਆ? ਹੁਣ ਫਲ ਪੈ ਗਿਆ। ਅਸੀਂ ਕਹਾਂਗੇ ਤਰਕ ਦੇ ਰੂਪ ਦੇ ਵਿੱਚ, ਰੈਸ਼ਨਲ ਸਾਈਡ ਤੋਂ, ਆਹ ਠੀਕ ਹੈ ਭਾਈ ਫਲ ਪੈ ਗਿਆ, ਅਤੇ ਫਲ ਪੈਣ ਨਾਲ ਰਸ ਪਿਆ ਅਤੇ ਭਾਰ ਲੱਦਿਆ ਗਿਆ, ਅਤੇ ਭਾਰ ਲੱਦਣ ਕਰਕੇ ਉਹ ਨਿਮ ਗਿਆ ਹੈਗਾ। ਹਕੀਕਤ ਇਹ ਹੈ ਜਿੱਥੇ ਭਾਰ ਹੋਏਗਾ, ਜਿੱਥੇ ਫਲ ਪਏਗਾ ਉਹ ਨਿਮ ਜਾਏਗਾ, ਉਹ ਲਿਫ ਜਾਏਗਾ। ਇੱਥੇ ਸਾਹਿਬ ਨੇ ਕਿਹਾ ਫਲੀਭੂਤ ਹੋਣ ਦੀ ਨਿਸ਼ਾਨੀ ਇਹ ਹੈ ਬੰਦਾ ਹਲੀਮੀ ਚ ਆ ਜਾਏ, ਨਿਮਰਤਾ ਚ ਆ ਜਾਏ। ਜਿੱਥੇ ਇਹ ਚੀਜ਼ ਨਹੀਂ ਹੈ ਕਹਿਣਾ ਪਏਗਾ ਗੁਣ ਕੋਈ ਨਹੀਂ ਹੈਗਾ। ਇਹਨੂੰ ਸਾਹਿਬ ਨੇ ਜ਼ਿਕਰ ਕੀਤਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸਾਰੀ ਦੁਨੀਆਂ ਦੇ ਗੁਣ, ਸਾਰੀ ਗੁਣੀਆਂ ਦੁਨੀਆਂ ਦੀਆਂ ਚੰਗਿਆਈਆਂ ਇਕੱਠੀਆਂ ਕਰ, ਉਹਨਾਂ ਦਾ ਅਰਕ ਕੱਢ। ਜਦੋਂ ਅਰਕ ਕੱਢੇਗਾ ਹਲੀਮੀ ਅਤੇ ਨਿਮਰਤਾ ਚ ਆਏਗਾ। ਅਤੇ ਇਹ ਨਿਮਰਤਾ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਕਿਹਾ ਸੰਸਾਰ ਦੇ ਵਿੱਚ ਸਭ ਤੋਂ ਸੁੱਚਾ ਸੋਰਸ ਜਿਹੜੇ ਗੁਰੂ ਹੀ,
ਗੁਰੂ ਅੱਗੇ ਨਿਭ ਜਾ, ਗੁਰੂ ਅੱਗੇ ਲਿਫ ਜਾ। ਆਹ ਬਚਨ ਇੱਥੋਂ ਸ਼ੁਰੂ ਹੁੰਦਾ ਹੈ, ਤੁਝੈ ਨਾ ਜੋ ਹੈ ਕੋ ਮੀਤ ਜਨ, ਤੂੰ ਗੁਰ ਕਾ ਦਾਸ। ਜਦੋਂ ਤੂੰ ਗੁਰੂ ਦਾ ਦਾਸ ਬਣ ਗਿਆ ਨਾ, ਆਲਮੀ ਸੂਫੀ ਸਿੱਖ ਸਾਧੀ ਨੇ ਇੱਕ ਜਗ੍ਹਾ ਬਾਤ ਕਹੀ ਸੀ, ਉਹ ਮਨੁੱਖ ਦੁਨੀਆਂ ਦੇ 'ਚ ਕਿਵੇਂ ਜੀਣਾ ਚਾਹੁੰਦਾ। ਬੰਦਾ ਕਹਿੰਦਾ ਵੀ ਮੈਂ ਤਾਂ ਨਹੀਂ ਦਾਸ ਬਿਰਤੀ 'ਚ ਜੀਣਾ ਚਾਹੁੰਦਾ, ਮੈਂ ਤਾਂ ਚਾਹੁੰਦਾ ਬਾਦਸ਼ਾਹ ਰਾਜਾ ਬਣ ਕੇ ਇਸ ਰੂਪ ਦੇ 'ਚ। ਉਹ ਕਹਿੰਦਾ ਮੈਂ ਤਰੀਕਾ ਦੱਸਦਾ ਤੈਨੂੰ, ਦੇਖ ਦੁਨੀਆਂ 'ਚ ਰਾਜਾ ਬਣ ਕੇ ਜੀਣਾ ਹੀ ਨਾ, ਤਾਂ ਫਿਰ ਇੱਕ ਜਗ੍ਹਾ ਐਸੀ ਆ ਜਿੱਥੇ ਬਿਲਕੁਲ ਭਿਖਾਰੀ ਬਣ ਜੀ ਗੁਰੂ, ਜਿਹੜੇ ਗੁਰੂ ਦੇ ਦਰ 'ਤੇ ਭਿਖਾਰੀ ਦਾਸ ਹੋ ਜਾਂਦੇ ਨਾ। ਹਕੀਕਤ ਇਹ ਹੈ ਦੁਨੀਆਂ ਦੇ ਵਿੱਚ ਗੁਰੂ ਉਹਨਾਂ ਨੂੰ ਬਾਦਸ਼ਾਹ ਥਾਪ ਦਿੰਦਾ, ਉਹਨਾਂ ਨੂੰ ਫਿਰ ਜੋ ਨਹੀਂ ਸਕਦਾ, ਕੋਈ ਵਿਪਤਾ ਮੁਸੀਬਤ ਮੁਸ਼ਕਲ ਹਰ ਚੀਜ਼ ਟਾਲ ਦਿੰਦਾ। ਇਹ ਬੰਦੇ 'ਚ ਆਮ ਕਰਕੇ ਇਹ ਪ੍ਰਵਿਰਤੀ ਹੈ ਕਿ ਮੈਂ ਦੁਨੀਆਂਦਾਰਾਂ ਦੇ ਵਿੱਚ ਤਾਂ ਬੜਾ ਉੱਚਾ ਹੋ ਕੇ ਰਹਾਂ, ਪਰ ਸਾਹਿਬ ਕਹਿੰਦੇ ਕਿਤੇ ਤਾਂ ਨਿਵੇਂਗਾ, ਲਿਫੇਂਗਾ, ਝੁਕੇਗਾ, ਗੁਰੂ ਅੱਗੇ ਝੁੱਕ, ਗੁਰੂ ਅੱਗੇ ਨਿਵ, ਗੁਰੂ ਅੱਗੇ ਲਿਫ। ਸੋ ਇਹ ਸਾਹਿਬ ਮਹਾਰਾਜ ਜ਼ਿਕਰ ਕਰ ਰਹੇ ਕਿ ਗੁਰ ਕਾ ਦਾਸ, ਜਿਹੜੇ ਗੁਰੂ ਦੇ ਦਾਸ ਬਣ ਗਏ, ਗੁਰੂ ਕੇ ਸੇਵਕ ਬਣ ਗਏ, ਗੁਰੂ ਅੱਗੇ ਹਲੀਮੀ ਰੂਪ ਦੇ 'ਚ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ। ਇਹ ਲਿਟਰਲੀ ਤੌਰ 'ਤੇ ਬਚਨ ਅੱਗੇ ਜਾ ਕੇ ਇਹਨੂੰ ਹੋਰ ਖੋਲ੍ਹੇਗਾ। ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ, ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ, ਉਹ ਆਪਣੇ ਹੱਥ ਦੇ ਕੇ ਬਚਾ ਲੈਂਦਾ ਹੈ। ਇਹ ਵਿਸ਼ਵਾਸ ਤਾਂ ਵੀ ਇੱਕ ਬੰਦੇ 'ਚ ਆਸ਼ਾ ਜਾਂ ਮਾਦਾ ਬਣ ਜਾਂਦਾ ਹੈ, ਜਦੋਂ ਬੰਦਾ ਥੋੜ੍ਹਾ ਬਹੁਤਾ ਭਗਤੀ ਭਾਵ ਵਿੱਚ ਆ ਜਾਏ ਅਤੇ ਮੁਸ਼ਕਲਾਂ ਮੁਸੀਬਤਾਂ ਇੰਝ ਲੱਗਦਾ ਕਈ ਵਾਰੀ ਆ ਰਹੀਆਂ ਨੇ ਅਤੇ ਆਉਂਦੀਆਂ ਆਉਂਦੀਆਂ ਟਲ ਜਾਂਦੀਆਂ ਨੇ। ਜਦੋਂ ਬੰਦਾ ਉਹਨਾਂ ਨੂੰ ਟਲਦੀਆਂ ਨੂੰ ਵੇਖਦਾ ਹੈ, ਇੱਕ ਲੈਵਲ 'ਤੇ ਲੱਗਦਾ ਵੀ ਪਤਾ ਨਹੀਂ ਸ਼ਾਇਦ ਆਹ ਮੁਸ਼ਕਲ ਬਣੇਗੀ, ਆਹ ਮੁਸ਼ਕਲ ਬਣੇਗੀ, ਫਿਰ ਲੱਗਦਾ ਹੈ ਮੈਂ ਸੋਚ ਹੀ ਰਿਹਾ ਸੀ ਹੈ ਹੋਇਆ, ਹੈ ਤਾਂ ਕੁਝ ਵੀ ਨਹੀਂ, ਆਹ ਵੀ ਟਲ ਗਈ, ਆਹ ਵੀ ਟਲ ਗਈ, ਇਹ ਕੀ ਹੈ। ਐਕਚੁਅਲੀ ਉਹ ਹੱਥ ਦੇ ਕੇ ਬਚਾ ਰਿਹਾ ਹੈ, ਉਹ ਕਰਤਾਰ ਆਪ ਨਵਾਜਿਸ਼ ਕਰ ਰਿਹਾ ਹੈ। ਸਿੱਖੀ ਆਸ਼ੇ 'ਚ ਵਿਸ਼ਵਸਨੀਯਤਾ ਵੀ ਹੈ। ਜਦੋਂ ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ, ਸਭ ਜ਼ਿਕਰ ਕਰਦੇ ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਖ ਵੀ ਭੱਜ ਖਲੇ। ਬੰਦਾ ਸਾਖਾਂ ਸੰਬੰਧੀਆਂ ਮਿੱਤਰਾਂ 'ਤੇ ਬੜਾ ਵਿਸ਼ਵਾਸ ਕਰਦਾ, ਫਲਾਣਾ ਬਚਾਏਗਾ, ਫਲਾਣਾ ਬਚਾਏਗਾ, ਮੁਸ਼ਕਲ ਬਣਦੀ ਹੈ ਅਤੇ ਵੱਡੀ ਮੁਸ਼ਕਲ ਬਣਦੀ ਹੈ, ਕੋਈ ਨੇੜੇ ਨਹੀਂ ਟੁੱਕਦਾ ਕਿਸੇ ਰੂਪ ਦੇ ਵਿੱਚ ਵੀ। ਫਿਰ ਇੱਕੋ ਹੀ ਸਾਡਾ ਸੰਗੀ ਹੁੰਦਾ, ਇੱਕੋ ਹੀ ਸਾਥੀ ਹੁੰਦਾ, ਜਿਹਨੂੰ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਸੀਗਾ, ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਇ। ਸਾਹਿਬ ਜ਼ਿਕਰ ਕਰਦੇ ਚੇਤੇ ਰੱਖੀ, ਇਹ ਕਹਿਣ ਨੂੰ ਤਾਂ ਲਫਜ਼ ਨੇ, ਜੇ ਵਿਸ਼ਵਾਸ 'ਚ ਆ ਜਾਏ ਤਾਂ ਸਭ ਕਹਿੰਦੇ ਛੂਟਸ ਨਾ ਹੀ ਕੋਟ ਲੱਖ ਬਾਹੀਂ, ਨਾਮ ਜਪਤ ਅਤੇ ਪਾਰ ਪਰਾਹੀਂ। ਜਿਹਨਾਂ ਨੂੰ ਕਰੋੜਾਂ ਬਾਹਾਂ ਵੀ ਨਹੀਂ ਨਾ ਛਡਾ ਸਕਦੀਆਂ, ਜੇ ਕਿਤੇ ਨਾਮ 'ਤੇ ਨਾਮੀ ਆ ਜਾਏ, ਮਹਾਰਾਜ ਕਹਿੰਦੇ ਕੋਈ ਉਹਦੇ ਹਵਾ ਵੱਲ ਨਹੀਂ ਵੇਖ ਸਕਦਾ। ਇੱਥੇ ਸਾਹਿਬ ਜ਼ਿਕਰ ਕਰਦੇ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਓ। ਸ਼ੁਰੂਆਤੀ ਵਾਕ ਹੈ, ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ, ਅਰਦਾਸ ਸੁਣੀ ਦਾਤਾਰ ਪ੍ਰਭ। ਇਹਨੂੰ ਸਰਲ ਮਿਸਾਲ ਦੇਵਾਂ, ਕਿਸੇ ਦਾ ਸਾਨੂੰ ਭਾਰਤੀ ਖਿੱਤੇ 'ਚੋਂ ਬਿਊਰੋਕ੍ਰੇਸੀ ਸਮਝ ਆਉਂਦੀ ਹੈ, ਇੱਥੇ ਤਾਂ ਬਿਊਰੋਕ੍ਰੇਸੀ ਦਾ ਸਿਸਟਮ ਉਹੋ ਜਿਹਾ ਨਹੀਂ ਨਾ ਹੈਗਾ, ਇੱਥੇ ਤਾਂ ਸਾਰਾ ਕੁਝ ਇੰਡੀਪੈਂਡੈਂਟ ਕਾਰਪੋਰੇਟ ਚਲਾਉਂਦੀਆਂ ਨੇ। ਜੇ ਵੇਖੋਗੇ ਤਾਂ ਜਿਹੜੀ ਸਾਡੇ ਮੌਲਿਕ ਰੂਪ ਦੇ ਵਿੱਚ ਦੋ ਗੌਰਮੈਂਟਸ ਹੀ ਕੰਮ ਕਰਦੀਆਂ ਨੇ, ਇੱਕ ਗੌਰਮੈਂਟ ਪ੍ਰੋਵਿੰਸ਼ੀਅਲ ਹੈ, ਦੂਸਰੀ ਫੈਡਰਲ ਹੈ। ਜਿਹੜੀ ਮਿਊਂਸੀਪਲ ਹੁੰਦੀ ਹੈ ਤਾਂ ਕਾਰਪੋਰੇਸ਼ਨ ਆ, ਜਿਵੇਂ ਇੱਕ ਬਿਜ਼ਨਸ ਹੁੰਦਾ, ਪਰ ਹੈਗਾ ਨੋਨ ਪ੍ਰੋਫਿਟੇਬਲ ਔਰਗਨਾਈਜੇਸ਼ਨ। ਮਤਲਬ ਇਹ ਬਿਊਰੋਕ੍ਰੇਸੀ ਦਾ ਲੈਵਲ ਬੜਾ ਲੋਅਰ ਲੈਵਲ 'ਤੇ ਹੈ। ਇੱਥੇ ਸਾਰਾ ਕੁਝ ਜਿਹੜਾ ਪਬਲਿਕ ਰੀਪ੍ਰੈਜੈਂਟੇਟਿਵ ਜ਼ਿਆਦਾਤਰ ਕਰਦੇ ਨੇ ਜਾਂ ਇੱਕ ਸਿਸਟਮ ਕਰਦਾ ਸਾਰੇ ਦਾ ਸਾਰਾ। ਸਾਡੇ ਉੱਥੇ ਬਿਊਰੋਕ੍ਰੇਸੀ, ਕਿਉਂਕਿ ਕਲੋਨੀਅਲ ਪੀਰੀਅਡ ਦੇ ਵਿੱਚ ਇੱਕ ਪੁਲਿਸ ਸਟੇਟ ਬਿਲਡ ਕੀਤੀ ਸੀ ਉਹਨਾਂ ਨੇ, ਜਿਹੜੀ ਡੰਡੇ ਨਾਲ ਚਲਾਏ ਗਏ। ਉਹ ਫਰੀਡਮ ਕਹਿਣ ਦੇ ਵੀ ਫਰੀ ਹੋ ਗਿਆ ਕੰਟਰੀ, ਫਰੀ ਤਾਂ ਕੋਈ ਨਹੀਂ ਹੋਇਆ, ਪਾਵਰ ਟ੍ਰਾਂਸਫਰ ਹੋਈ। ਜਿਹੜਾ ਸੀਗਾ ਪਹਿਲਾਂ ਵਾਇਸ ਰਾਏ ਹੁੰਦਾ ਸੀ, ਵਾਇਸ ਰਾਏ ਦੀ ਥਾਂ 'ਤੇ ਦੂਸਰਾ ਆ ਗਿਆ, ਰਾਣੀ ਸੀਗੀ ਰਾਣੀ ਦੀ ਥਾਂ 'ਤੇ ਜਿਹੜਾ ਪ੍ਰੈਜੀਡੈਂਟ ਆ ਗਿਆ, ਦੈਟਸ ਨਥਿੰਗ ਐਲਸ। ਉਹ ਬਾਕੀ ਸਾਰੇ ਸਾਰਾ ਨਿਜ਼ਾਮ ਉਸੇ ਤਰੀਕੇ ਦੇ ਵਿੱਚ ਉਸੇ ਤਰੀਕੇ ਨਾਲ ਹੀ ਬਣਿਆ ਪਿਆ। ਖੈਰ ਜਿਵੇਂ ਅਸੀਂ ਉੱਥੇ ਬਾਤ ਕਰੀਏ, ਸਾਨੂੰ ਸਮਝ ਆਉਂਦੀ ਜਿਸ ਤਰੀਕੇ ਦੇ ਨਾਲ, ਕੋਈ ਡੀਸੀ ਹੈ, ਡੀਸੀ ਦੇ ਕੋਲ ਐਕਚੁਅਲ ਲੈਵਲ 'ਤੇ ਪਾਵਰਸ ਹੁੰਦੀਆਂ, ਡਿਪਟੀ ਕਮਿਸ਼ਨਰ ਜਿਹੜਾ, ਡਿਸਟ੍ਰਿਕਟ ਕਮਿਸ਼ਨਰ ਜਿਹੜਾ, ਉਹ ਸਾਰੇ ਜ਼ਿਲ੍ਹੇ ਦਾ ਮਾਲਕ ਹੈ। ਕਿਸੇ ਦਾ ਭਰਾ ਲੱਗਾ ਹੋਏ ਡੀਸੀ, ਅਤੇ ਉਹਦਾ ਭਰਾ ਆਪਣਾ ਕਹੇ ਉਹਨੂੰ ਕਿ ਮੈਂ ਨਾ ਕੋਈ ਫਲਾਣੀ ਚੀਜ਼ ਦਾ ਲਾਇਸੈਂਸ ਲੈਣਾ, ਫਲਾਣੀ ਚੀਜ਼ ਦਾ ਕੰਮ ਕਰਾਉਣਾ ਹੈਗਾ, ਤੂੰ ਭਰਾ ਕਿਆ ਕਰ ਦੇਂਗੇ, ਕੋਈ ਗੱਲ ਨਹੀਂ। ਪਰ ਕਰਨ ਦਾ ਵੀ ਪ੍ਰੋਸੀਜਰ ਹੈ ਇੱਕ, ਭਾਵੇਂ ਉਹਦੇ ਕੋਲ ਐਬਸੋਲੂਟ ਪਾਵਰ ਹੈ। ਪ੍ਰੋਸੀਜਰ ਕੀ ਹੈ? ਪ੍ਰੋਸੀਜਰ ਇਹ ਹੈ ਕਿ ਨਾ ਸਵੇਰੇ 9 ਵਜੇ ਦਫ਼ਤਰ ਖੁੱਲ੍ਹੇਗਾ ਅਤੇ ਦਫ਼ਤਰ ਦੇ ਵਿੱਚ ਇੱਕ ਐਪਲੀਕੇਸ਼ਨ ਲਿਖ ਕੇ ਦੇ ਦੀ, ਮੇਰੇ ਕੋਲ ਆਏਗੀ, ਮੈਂ ਸਾਈਨ ਕਰਕੇ ਮੋਹਰ ਲਾ ਦਿਆਂਗਾ, ਰੈਫਰ ਕਰ ਦਿਆਂਗਾ, ਰਾਈਟ ਕੰਮ ਹੋ ਜਾਏਗਾ ਤੇਰਾ। ਪਰ ਐਪਲੀਕੇਸ਼ਨ ਤੈਨੂੰ ਲਿਖ ਕੇ ਦੇਣੀ ਪਏਗੀ। ਦੈਟ ਇਜ਼ ਨੈਸੈਸਿਟੀ, ਇਹ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਕੰਮ ਨਹੀਂ ਹੋ ਸਕੇਗਾ, ਅਸੈਂਸ਼ੀਅਲ ਹੈਗੀ ਹੈ। ਇਹੋ ਚੀਜ਼ ਜੇ ਅਸੀਂ ਇਸੇ ਰੂਪ 'ਚ ਲੈ ਕੇ ਆਈਏ, ਬੰਦਾ ਅਰਦਾਸ ਕਰਨੀ ਤਾਂ ਸਿੱਖੇ, ਤਰਲਾ ਤਾਂ ਲਏ,
ਜੇ ਬੰਦੇ ਨੂੰ ਅਰਦਾਸ ਕਰਨੀ ਨਾ ਆਵੇ ਮਾਲਕ ਤਾਂ ਭਲਾ ਕਰੇਗਾ। ਸਾਹਿਬ ਨੇ ਇੱਥੇ ਵੀ ਜ਼ਿਕਰ ਕੀਤਾ, ਸਾਹਿਬ ਕਹਿੰਦੇ ਅਰਦਾਸ ਸੁਣੀ ਦਾਤਾਰ ਪ੍ਰਭ, ਅਰਦਾਸ ਕੀਤੀ ਤਾਂ ਉਹਨੇ ਸੁਣ ਲਈ। ਉਹ ਰਹਿਮਤ ਕਰਨ ਵਾਲਾ, ਉਹ ਇਹ ਨਹੀਂ ਕਿ ਉਹ ਨਵਾਜਦਾ ਨਹੀਂ ਗਾ ਪਰ ਸੁਣਦਾ ਹੈ। ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ, ਉਹ ਕਿਰਪਾ ਦੇ ਘਰ ਵਿੱਚ ਆ ਗਿਆ। ਆਪ ਦੇਖੋ ਜ ਇਸ ਲੈਵਲ 'ਤੇ ਦੇਖੀਏ ਨਾ ਵੀ ਕਰਤਾਰ ਅਰਦਾਸ ਕਿਵੇਂ ਸੁਣਦਾ ਅਤੇ ਕਿਵੇਂ ਨਵਾਜ ਦਿੰਦਾ ਹੈ। ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਬਾਰੇ ਜਦੋਂ ਉਹਨਾਂ ਦੀ ਉਹ ਅਸੀਂ ਵਾਰ ਦੀ ਪੌੜੀ ਪੜ੍ਹਦੇ ਹਾਂ, ਸੁਣੀ ਪੁਕਾਰ ਦਾਤਾਰ ਪ੍ਰਭ, ਕੀ ਹੋਇਆ? ਗੁਰੂ ਨਾਨਕ ਜਗ ਮਾਹੇ ਪਠਾਇਆ। ਕਹਿੰਦੇ ਜਦੋਂ ਧਰਤੀ ਨੇ ਅਰਦਾਸ ਕੀਤੀ ਨਾ, ਧਰਤੀ ਦੀ ਅਰਦਾਸ ਰੱਬ ਦੀ ਦਰਗਾਹ 'ਚ ਸੁਣੀ ਗਈ। ਉਹਨੇ ਦਰਗਾਹ 'ਚ ਅਰਦਾਸ ਸੁਣ ਕੇ ਆਪਣਾ ਖਾਸ ਰੂਪ ਨਾਨਕ ਜੀ ਗੁਰੂ ਨਾਨਕ ਸਾਹਿਬ ਉਹਨੂੰ ਕਾਇਨਾਤ ਉਦਾਹਰਣ ਵਾਸਤੇ ਭੇਜ ਦਿੱਤਾ। ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਉਹ ਗੁਰੂ ਨਾਨਕ ਚਰਨ ਧੋਏ ਰਹਿਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਜਿਹਨੇ ਚਰਨ ਧੋਏ ਰਹਿਰਾਸ ਕਰ ਚਰਨ ਧੋਏ, ਸਾਡੀ ਆਮ ਇਹ ਫਿਤਰਤ ਹੁੰਦੀ ਹੈ ਜਿੱਥੇ ਬੰਦੇ ਦੇ 'ਚ ਬਹੁਤ ਔਗਣ ਅਤੇ ਬੜੀਆਂ ਅਲਾਮਤਾਂ ਨਜ਼ਰ ਪੈਣ ਨਾ, ਅਤੇ ਅਸੀਂ ਕਹਿਣਾ ਸ਼ੁਰੂ ਕਰ ਦੇਣਾ ਵੀ ਫਲਾਣੇ ਬੰਦੇ ਦੇ ਪੈਰ ਨਾ ਮੇਰੇ ਘਰ ਤੋਂ ਦੂਰ ਦੇ ਰਿਹਾ, ਮੇਰੇ ਬੂਹੇ ਮੇਰੀਆਂ ਬਰੂਹਾਂ 'ਚ ਨਾ ਪੈਣ, ਕਿਉਂਕਿ ਉਹਦੇ ਪੈਰ ਪੈਣੇ ਜਿਹਨੂੰ ਨੈਗੇਟਿਵ ਐਨਰਜੀ ਕਹਿ ਦਿੰਦੇ ਨੇ ਅੱਜ ਕੱਲ੍ਹ, ਅਸੀਂ ਮਾੜੀ ਬਿਰਤੀ ਦੇ ਲੋਕ ਕਹਿ ਦਿੰਦੇ, ਮਤਲਬ ਇਹਦਾ ਪਰਛਾਵਾਂ ਵੀ ਨਾ ਪਏ ਇਸ ਰੂਪ ਦੇ ਵਿੱਚ। ਪਰ ਕਿਤੇ ਬੰਦੇ 'ਚ ਇਤਨਾ ਜੀਵਨ ਅਮਲ ਸੁਧਰ ਜਾਏ ਕਿ ਲੋਕ ਕਹਿਣ ਕਿਸੇ ਨੂੰ ਕਦੀ ਸਾਡੇ ਘਰ ਵੀ ਪੈਰ ਪਾਇਓ ਜੇ। ਹੁਣ ਕੀ ਹੈ, ਅਸੀਂ ਕਿਸੇ ਦੀ ਪ੍ਰੈਜੈਂਸ ਨੂੰ ਮੰਨਣਾ ਚਾਹੁੰਦੇ ਹਾਂ, ਕਿਸੇ ਦੀ ਹੋਂਦ ਨੂੰ ਸਵੀਕਾਰਨਾ ਚਾਹੁੰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਧਰਤੀ ਦੇ ਮਨੁੱਖਾਂ ਦਾ ਕਿਰਦਾਰ ਸੁਧਾਰ ਦਿੱਤਾ, ਜਿਹਦੀ ਪੋਸੀਬਿਲਿਟੀ ਕੋਈ ਨਹੀਂ ਸੀ। ਲੋਕ ਮਤਲਬ ਗਰਕ ਹੋਣ ਵਾਲੇ ਪਾਸੇ ਤੁਰ ਰਹੇ ਸੀ। ਚਰਨ ਧੋਏ ਰਹਿਰਾਸ ਕਰ, ਰਹਿਰਾਸ ਕਹਿੰਦੇ ਰਹੋ ਰੀਤ ਨੂੰ, ਜੀਵਨ ਜਾਚ, ਵੇ ਆਫ ਲਾਈਫ ਟੋਟਲੀ ਚੇਂਜ ਕਰ ਦਿੱਤੀ। ਸੋ ਇਹ ਕਰਤਾਰੀ ਨਵਾਜਿਸ਼ ਆ, ਅਸੀਂ ਜਿਸ ਚੀਜ਼ ਨੂੰ ਕਹਿ ਸਕਦੇ ਹਾਂ ਪੋਸੀਬਲ ਨਹੀਂ, ਮਹਾਰਾਜ ਕਹਿੰਦੇ ਉਹ ਵੀ ਜਿਹੜੀ ਹੈ ਪੋਸੀਬਲ ਹੋ ਸਕਦੀ ਹੈ ਜੇ ਤੁਸੀਂ ਅਰਦਾਸ ਦਿਲੀ ਰੂਪ ਵਿੱਚ ਕਰੋ। ਇੱਥੇ ਧਰਤੀ ਦੀਆਂ ਅਰਦਾਸਾਂ ਸੁਣਦੀ ਜਿਹੜੀ ਹੈ ਮਾਲਕ ਦੀ, ਇਹ ਸਾਰੀ ਕਾਇਨਾਤ ਅਤੇ ਕਾਇਨਾਤ 'ਤੇ ਚੱਲਣ ਵਾਲਾ ਉਹਦਾ ਹੁਕਮ ਇੱਥੇ ਗੁਰੂ ਸਾਹਿਬ ਜ਼ਿਕਰ ਕਰਦੇ। ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ, ਰਾਖ ਲਿਆ ਆਪਣਾ ਸੇਵਕੋ ਮੁੱਖ ਨਿੰਦਕ ਛਾਰ। ਮੁੱਖ ਨਿੰਦਕ ਛਾਰ, ਕੋਈ ਮਨੁੱਖ ਭਲੇ ਰਾਹ 'ਤੇ ਤੁਰੇ ਅਤੇ ਭਲੇ ਰਾਹ 'ਤੇ ਤੁਰਦਿਆਂ ਹੋਇਆਂ ਅਤੇ ਭਲਾ ਹੋਣਾ ਚਾਹੀਦਾ ਉਹਦਾ ਵੀ ਅਤੇ ਸਾਰਾ ਆਲੇ ਦੁਆਲੇ ਦਾ ਵੀ। ਜਿਹਨੂੰ ਸਾਹਿਬ ਨੇ ਕਿਹਾ ਸੀ ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਜਹਾਨ ਉਸਤਤ ਕਰੇ। ਪਰ ਇਹ ਜ਼ਰੂਰੀ ਨਹੀਂ ਹੁੰਦਾ, ਅਕਸਰ ਇਹ ਵੀ ਹੁੰਦਾ ਹੈ। ਭਗਤ ਕਬੀਰ ਜੀ ਦੇ ਸ਼ਬਦ ਪੜ੍ਹਦੇ, ਨਿੰਦੋ ਨਿੰਦੋ ਮੋਕੋ ਲੋਕ, ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਕ ਬਾਪ ਨਿੰਦਾ ਮਹਿਤਾਰੀ। ਕਹਿਣ ਲੱਗੇ ਕਿ ਸੰਸਾਰ ਇਹ ਹਰ ਰੂਪ 'ਚ ਪਸੰਦ ਨਹੀਂ ਕਰਦਾ। ਨਿੰਦਿਆ, ਬਖੀਲਗੀ ਕਰਨ ਵਾਲੇ, ਬਦਖੋਈ ਕਰਨ ਵਾਲੇ, ਉਹ ਵੀ ਲੋਕਾਂ ਦੀ ਕਮੀ ਥੋੜ੍ਹਾ ਸੰਸਾਰ ਦੇ ਵਿੱਚ। ਇਹ ਵੀ ਇਹ ਰੂਪ ਆ ਸੰਸਾਰ ਦਾ ਇੱਕ। ਪਰ ਜਦੋਂ ਇਹ ਸਭ ਚੀਜ਼ਾਂ ਹੁੰਦੀਆਂ ਨੇ ਕਿਸੇ ਰੂਪ ਵਿੱਚ ਵੀ ਆਲੇ ਦੁਆਲੇ ਵਾਪਰਨ, ਤਾਂ ਬੰਦੇ ਨੂੰ ਲੱਗਦਾ ਹੈ ਵੀ ਜਦੋਂ ਮੈਂ ਇਹੋ ਜਿਹਾ ਕੋਈ ਕੰਮ ਕੀਤਾ ਹੀ ਨਹੀਂ, ਮੇਰੇ ਇਸ ਲੈਵਲ ਦੀ ਬਾਤ ਕੋਈ ਹੈ ਹੀ ਨਹੀਂ, ਮੇਰੀ ਬਰਖਲਾਫਤ ਕਿਉਂ ਹੋ ਰਹੀ ਹੈ, ਮੇਰੀ ਬਦਖੋਈ ਕਿਉਂ ਹੋ ਰਹੀ ਹੈ। ਪਰ ਸਾਹਿਬ ਜ਼ਿਕਰ ਕਰਦੇ ਜਿਹੜਾ ਰੱਬੀ ਕਿਰਪਾ ਦਾ ਮਾਲਕ ਬਣ ਜਾਂਦਾ ਅਤੇ ਮਾਲਕ ਅੱਗੇ ਅਰਦਾਸ ਕਰਦਾ ਹੈਗਾ, ਮਾਲਕ ਫਿਰ ਸਾਰੇ ਰੰਗ ਵੀ ਬਦਲ ਦਿੰਦਾ ਹੈਗਾ। ਇੱਥੇ ਜ਼ਿਕਰ ਆਇਆ ਹੈ ਪਾਰ ਬ੍ਰਹਮ ਤੂੰ ਰਾਖਿਆ, ਜਿਹੜਾ ਉਹ ਪਾਰ ਬ੍ਰਹਮ ਆਪ ਰੱਖਦਾ ਨਾ, ਰਾਖ ਲਿਆ ਆਪਣਾ ਸੇਵਕੋ, ਉਹ ਆਪਣਾ ਸੇਵਕ ਬਣਾ ਕੇ ਰੱਖਦਾ। ਮੁੱਖ ਨਿੰਦਕ ਛਾਰ, ਨਿੰਦਕ ਦੇ ਮੂੰਹ ਦੇ ਵਿੱਚ ਛਾਰ ਸਵਾਹ ਨੂੰ ਕਿਹਾ ਜਾਂਦਾ ਹੈਗਾ। ਐਕਚੁਅਲੀ ਉਹਦੇ ਮੂੰਹ 'ਚ ਸਵਾਹ ਪੈਂਦੀ ਹੈ, ਉਹ ਫਿਰ ਮਿੱਟੀ ਉਹਦੇ ਮੂੰਹ 'ਚ ਪੈਂਦੀ ਹੈ। ਭਾਵ ਇਹ ਕਿ ਆਖਿਰਕਾਰ ਨਿੰਦਕ ਜਿਹੜੇ ਬਖੀਲਗੀਆਂ ਕਰਨ ਵਾਲੇ ਨੇ ਹਰ ਜਾਂਦੇ ਨੇ, ਥੱਕ ਜਾਂਦੇ ਨੇ, ਉਹ ਪਛੜ ਜਾਂਦੇ ਨੇ। ਗੁਰੂ ਅਤੇ ਰੱਬ ਜੀ ਐਸੀ ਕਿਰਪਾ ਅਤੇ ਐਸੀ ਨਵਾਜਿਸ਼ ਕਰ ਦਿੰਦਾ ਹੈਗਾ। ਅਗਲੇ ਬਚਨ ਦੇ ਸਾਹਿਬ ਕਹਿੰਦੇ ਜੀਅਨ ਕਾ ਦਾਤਾ ਏਕ ਹੈ, ਬੀਆ ਨਹੀਂ ਹੋਰ, ਜੀਅਨ ਕਾ ਦਾਤਾ ਏਕ ਹੈ। ਆਸਥਾ ਦੇ ਖੇਤਰ ਦੇ ਵਿੱਚ ਗੁਰਬਾਣੀ ਵਰਗੀ ਰਚਨਾ ਜਿਹੜੀ ਹੈ, ਇਹ ਸਾਨੂੰ ਜਿਵੇਂ ਸਾਰਾ ਸ਼ਬਦ ਗੁਰੂ ਕਾ ਦਾਸ ਬਣ, ਆਪਣੇ ਜੀਵਨ ਦੇ ਵਿੱਚ ਰੱਬ ਦਾ ਆਸਰਾ ਲੈ, ਇਹਦੀ ਬਾਤ ਕੀਤੀ ਜਾ ਰਹੀ। ਕਈ ਵਾਰ ਇਹ ਵੀ ਹੁੰਦੀ ਹੈ ਕਿ ਬੰਦਾ ਕਹਿੰਦਾ ਅੱਛਾ ਅਰਦਾਸ ਤਾਂ ਮੈਂ ਕਰਾਂਗਾ ਪਰ ਅਰਦਾਸ ਪੂਰੀ ਹੋ ਗਈ, ਇਹਦੀ ਨਿਸ਼ਾਨੀ ਕੀ ਹੈ? ਇਹਦੀ ਨਿਸ਼ਾਨੀ ਇਹ ਹੈ ਕਿ ਤੇਰਾ ਅੰਦਰ ਤੇਰੇ ਨਾਲ ਗੱਲ ਕਰੇਗਾ, ਅੰਦਰ ਤੈਨੂੰ ਬੋਲ ਕੇ ਦੱਸੇਗਾ। ਕਿਉਂਕਿ ਪੁਰਾਣੇ ਸਮੇਂ ਹੁੰਦਾ ਸੀ ਆਕਾਸ਼ਵਾਣੀ ਹੋਏਗੀ ਜੀ,
ਇੱਕ ਤੋਂ ਵੱਡੀ ਸ਼ਕਤੀ ਬੋਲੇਗੀ ਤਾਂ ਉਸ ਰੂਪ ਦੇ ਵਿੱਚ ਕਹਿੰਦੇ ਵੱਡੀ ਸ਼ਕਤੀ ਤਾਂ ਬੋਲ ਰਹੀ ਹੈ, ਤੇਰੇ ਕੰਨਾਂ ਵਿੱਚ ਹੋਣੀ ਹਰ ਵਕਤ ਕਹਿ ਰਹੀ ਹੈ, ਹਰ ਵਕਤ ਤੇਰਾ ਅੰਦਰ ਤੈਨੂੰ ਦੱਸ ਰਿਹਾ ਕੁਝ ਕੁਝ ਨਾ ਕੁਝ, ਤੂੰ ਨਾ ਸੁਣੇ ਤਾਂ ਇਹਦੇ ਵਿੱਚ ਤਾਂ ਤੇਰਾ ਬੋਲਾ ਪਾਨਿਆ ਨਾ। ਜਿੱਥੇ ਬੰਦਾ ਥੋੜ੍ਹਾ ਉਸ ਲੈਵਲ 'ਤੇ ਦਰੁਸਤ ਹੋ ਜਾਂਦਾ ਫਿਰ ਉਹਦੀ ਚੇਤਨਾ ਉਹਨੂੰ ਦੱਸਦੀ ਹੈ, ਅਤੇ ਜਿਵੇਂ ਜਿਵੇਂ ਤੁਸੀਂ ਕਰਤਾਰੀ ਵਿਸ਼ਵਾਸ ਵਿੱਚ ਉਕਰੀ ਜਾਓ ਸਭ ਚੀਜ਼ਾਂ ਹੋ ਹੀ ਜਾਣ, ਕੀ ਪੋਜ਼ਿਟਿਵ ਕੀ ਨੈਗੇਟਿਵ ਕੀ ਸਹੀ ਕੀ ਗਲਤ ਸਭ ਦੱਸੀ ਜਾ ਰਹੀ ਹੈ ਚੇਤਨਾ ਸਭ ਚੀਜ਼ਾਂ ਦੇ ਵਿੱਚ, ਜਿਹੜਾ ਇਨਰ ਇੰਸਟਿੰਕਟ ਹੈ ਬੰਦੇ ਦਾ ਪ੍ਰੋਪਰ ਬੋਲਦਾ ਹੈ। ਜਦੋਂ ਬੰਦਾ ਉਹਨੂੰ ਸੁਣਨ ਲੱਗ ਜਾਂਦਾ ਫਿਰ ਉਹਨੂੰ ਸਮਝ ਆ ਜਾਂਦੀ ਕਿ ਅਸਲ 'ਚ ਮੇਰਾ ਵਿਹਾਰ ਕੀ ਹੋਣਾ ਚਾਹੀਦਾ, ਮੈਨੂੰ ਕਿਸ ਪਾਸੇ ਜਾਣਾ ਚਾਹੀਦਾ ਹੈਗਾ। ਈਵਨ ਇੱਥੋਂ ਤੱਕ ਕਿ ਅਹਿਸਾਸ ਦੇ ਰੂਪ ਵਿੱਚ ਬਾਤ ਆਉਂਦੀ ਹੈ ਕਿ ਬੰਦੇ ਦਾ ਰੋਮ ਰੋਮ ਜਿਹੜਾ ਹੈ ਇਹ ਕਰਤਾਰੀ ਨਿਜ਼ਾਮ ਦੇ ਇਸ ਨਿਯਮ ਦੇ ਵਿੱਚ ਬੜਾ ਅਵੇਅਰ ਹੋ ਸਕਦਾ ਬਹੁਤ ਵੱਡੇ ਲੈਵਲ 'ਤੇ, ਜੇ ਕਿਤੇ ਬੰਦਾ ਆਪਣੇ ਮਨ ਦੀ ਦੁਨੀਆ ਵਿੱਚ ਰੱਬ ਦੇ ਭੈ ਭਾਵ ਨੂੰ ਕਿਤੇ ਲੈ ਆਵੇ। ਪਰ ਜਿੱਥੇ ਹੁੰਦਾ ਇਹ ਹੈ ਕਿ ਬੰਦਾ ਇਸ ਪ੍ਰਤੀ ਰੱਬ ਜੀ ਦੇ ਵਿਸ਼ਵਾਸ ਪ੍ਰਤੀ ਉਸ ਸਾਰੇ ਦੇ ਪ੍ਰਤੀ ਇੱਕ ਪਖੰਡ ਜਿਹਾ ਕਰਦਾ ਹੈਗਾ। ਪਖੰਡ ਜਿਹਾ ਮਤਲਬ ਵੀ ਅਰਦਾਸ ਹੋ ਰਹੀ ਹੈ ਪਰ ਕੋਈ ਮਨ ਕਰਕੇ ਅੰਦਰ ਇਨਵੋਲਵਮੈਂਟ ਨਹੀਂ, ਕੋਈ ਜੀਵਨ ਦੇ ਸੁਧਾਰ ਦੀ ਬਾਤ ਨਹੀਂ, ਛੋਟੀਆਂ ਛੋਟੀਆਂ ਚੀਜ਼ਾਂ। ਸਰਲ ਭਾਵ ਵਿੱਚ ਇਗਜ਼ਾਮਪਲ ਕਰਕੇ ਵਾਇੰਡ ਅਪ ਕਰ ਦਿੰਦਾ ਵਾਂ, ਸ਼ਾਇਦ ਕਿਤੇ ਬਾਤ ਹੋਈ ਹੋਏ, ਸਾਨੂੰ ਅਸੀਂ ਸੰਥਿਆ ਦੀ ਵਿੱਦਿਆ ਲੈ ਰਹੇ ਹੁੰਦੇ ਸੀਗੇ ਆਪਣੇ ਗੁਰਮਤ ਇੰਸਟੀਟਿਊਸ਼ਨ ਦੇ ਵਿੱਚ, ਬੜੀ ਲੰਮੀ ਸਿਟਿੰਗ ਹੁੰਦੀ ਸੀ ਸਾਡੀ 6-7 ਘੰਟੇ ਦੀ ਲਗਾਤਾਰ ਹਰ ਰੋਜ਼, ਅਤੇ ਕਈ ਮਹੀਨਿਆਂ ਦੇ ਮਹੀਨੇ ਚੱਲੀ, ਇੱਕ ਇੱਕ ਸ਼ਬਦ ਇੱਕ ਇੱਕ ਲਾਈਨ ਇੱਕ ਇੱਕ ਵਰਡ, ਵੱਡੇ ਵੱਡੇ ਦਾਨਿਸ਼ਮੰਦ ਐਕਸਪਰਟ ਜਿਹੜੇ ਸੀਗੇ ਉਹਨਾਂ ਦੇ ਨਾਲ ਡਿਸਕਸ਼ਨਸ ਹੋਣੀਆਂ ਬੜੀਆਂ ਉਸ ਲੈਵਲ 'ਤੇ ਡਿਟੇਲਡ। ਅਤੇ ਉਹ ਸਮਾਂ ਐਸਾ ਹੁੰਦਾ ਸੀਗਾ ਕਿ ਸਾਡੇ ਪ੍ਰਿੰਸੀਪਲ ਸਾਹਿਬ ਬਹੁਤ ਸਟ੍ਰਿਕਟ ਸੀਗੇ, ਉਹ ਕਹਿੰਦੇ ਸੀਗੇ ਕਿ ਨੋ ਵੇ, ਜਿੰਨੀ ਦੇਰ ਤੱਕ ਇਹਨਾਂ ਦੀ ਸੰਥਿਆ ਦੀ ਡਿਸਕਸ਼ਨ ਚੱਲ ਰਹੀ ਹੈ ਕੋਈ ਕਿਸੇ ਕਿਸਮ ਦੀ ਸਾਨੂੰ ਜਿਹੜੀ ਹੈਗੀ ਹੈ ਕੋਈ ਇੰਟਰਪਸ਼ਨ ਨਹੀਂ ਚਾਹੀਦੀ, ਕੋਈ ਇਹਨਾਂ ਨੂੰ ਆ ਕੇ ਤੰਗ ਨਾ ਕਰੇ ਇਸ ਰੂਪ ਦੇ ਵਿੱਚ। ਖੈਰ ਇੱਕ ਦਿਨ ਅਸੀਂ ਬੈਠੇ ਹਾਂ ਇਸ ਤਰੀਕੇ ਨਾਲ, ਇੱਕ ਸੀਟਿੰਗ ਦੇ ਵਿੱਚ ਜ਼ਿਕਰ ਚੱਲ ਰਿਹਾ ਹੈਗਾ, ਅਤੇ ਇੱਕ ਬਜ਼ੁਰਗ ਆ ਗਏ, ਪਤਾ ਨਹੀਂ ਕਿਵੇਂ ਆ ਗਏ, ਵੈਸੇ ਸਾਡੇ ਸਿਕਿਉਰਿਟੀ ਗਾਰਡ ਹੁੰਦਾ ਸੀ ਇੰਸਟੀਟਿਊਸ਼ਨ ਦੇ ਅੱਗੇ, ਗੇਟ ਬੰਦ ਹੁੰਦਾ ਸੀ, ਗੇਟ ਕਿਤੇ ਖੁੱਲ੍ਹਾ ਰਹਿ ਗਿਆ, ਅੱਗੇ ਫਿਰ ਆਫਿਸ ਹੁੰਦਾ ਸੀ, ਟ੍ਰੈਜ਼ਰ ਬੈਠੇ ਹੁੰਦੇ ਸੀ ਕਈ ਵਾਰੀ ਉੱਥੇ, ਕਲੈਰੀਕਲ ਡਿਵੀਜ਼ਨ ਬੈਠੀ ਹੁੰਦੀ ਸੀ, ਉੱਥੋਂ ਵੀ ਲੰਘ ਕੇ ਸਾਰੇ ਬਿਲਕੁਲ ਆਲ ਦਾ ਵੇ ਸਾਡੇ ਕਲਾਸਰੂਮ ਵਿੱਚ ਪਹੁੰਚ ਗਏ, ਉੱਥੇ ਅਸੀਂ ਬੈਠੇ ਹਾਂ ਅਤੇ ਉਹ ਆ ਕੇ ਫਤਿਹ ਬੁਲਾਏ ਪ੍ਰਿੰਸੀਪਲ ਸਾਹਿਬ ਵੀ ਉਹਦੇ ਵਿੰਦੇ ਵੀ ਇਹ ਕਿੱਥੋਂ ਆਇਆ ਭਾਈ, ਆਊਟ ਆਫ ਦ ਬਲਿਊ ਇਹ ਕਿਵੇਂ ਬਾਤ ਬਣ ਗਈ। ਖੈਰ ਉਹਨੇ ਫਤਿਹ ਬੁਲਾ ਕੇ ਅਤੇ ਫਤਿਹ ਬੁਲਾ ਕੇ ਪਹਿਲੀ ਪੈਂਦੀ ਸਾਰ ਉਹ ਕਹਿਣ ਲੱਗਾ, ਜੀ ਤੁਸੀਂ ਇਹਨਾਂ ਨੌਜਵਾਨ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਰਹੇ ਹੋ, ਮੈਂ ਵੀ ਇੱਕ ਧਾਰਮਿਕ ਬੰਦਾ ਵਾਂ, ਉਮਰ ਲੰਘ ਗਈ ਹੈ ਸਾਰੀ ਪਾਠ ਕਰਦੇ ਹਾਂ ਬਾਣੀ ਪੜ੍ਹਦੇ ਹਾਂ, ਪਰ ਹਾਲਤ ਇਹ ਹੈ ਇੱਧਰ ਗੁਟਕਾ ਫੜਦਾ ਉਹਦੇ ਅੰਦਰ ਫੁਰਨੇ ਸ਼ੁਰੂ ਹੋ ਜਾਂਦੇ ਨੇ, ਕੋਈ ਬਾਣੀ ਨਾਲ ਸਾਂਝ ਨਹੀਂ। ਕਈ ਵਾਰ ਤਾਂ ਐਸਾ ਹੁੰਦਾ ਹੈ ਇੱਕ ਇੱਕ ਪੌੜੀ ਜਪਜੀ ਸਾਹਿਬ ਦੀ ਪੰਜ ਪੰਜ ਵਾਰੀ ਪੜ੍ਹਦਾ ਅਤੇ ਫਿਰ ਪੰਜਵੀਂ ਵਾਰੀ ਪੜ੍ਹਨ ਲੱਗਿਆਂ ਫਿਰ ਖਿਆਲ ਆਉਂਦਾ ਵੀ ਉਹ ਦੋ ਲਾਈਨਾਂ ਦੇ ਵਿੱਚ ਹੀ ਸੁਰਤ ਸੀਗੀ, ਬਾਕੀ 3 ਲਾਈਨਾਂ 'ਚ ਸੁਰਤ ਹੀ ਨਹੀਂ ਸੀ ਹੈਗੀ। ਇਹ ਕਹਿੰਦੇ ਲਗਾਤਾਰ ਚੱਲਦਾ ਹਾਲਤ ਬਹੁਤੀ ਵਾਰ, ਅਤੇ ਜੇ ਕਿਤੇ ਮਾੜਾ ਜਿਹਾ ਧਿਆਨ ਨਾ ਦੇਵਾਂ ਤਾਂ ਇਸ ਤਰ੍ਹਾਂ ਹਾਲਤ ਹੁੰਦੀ, ਪੜ੍ਹ ਰਿਹਾ ਹੁੰਦਾ ਗਾਵੈ ਕੋਤਾਨ ਹੋਵੇ ਕਿਸੇ ਤਾਨ, ਅਤੇ ਉਦੋਂ ਹੀ ਪਤਾ ਲੱਗਦਾ ਜਦੋਂ ਪੜ੍ਹ ਰਿਹਾ ਸੁਣਿਆ ਸਿੱਧ ਪੀਰ ਸੁਰਨਾਥ, ਫਿਰ ਸੋਚਦਾ ਬਿਤਲੀਆਂ ਪੌੜੀਆਂ ਕਿੱਧਰ ਗਈਆਂ, ਮੈਂ ਹੀ ਪੜ੍ਹੀਆਂ ਸੀਗੀਆਂ। ਇਸ ਸਾਰੇ ਬਾਬਤ ਬੜੀ ਉਹਨੇ ਇਸ ਕਿਸਮ ਦੇ ਨਾਲ ਬਾਤ ਕੀਤੀ। ਹੁਣ ਜਿਹੜੀ ਗੱਲ ਮੁੱਕਦੀ ਇਹ ਹੈ ਕਿ ਉਹ ਜਦੋਂ ਇਹ ਸਾਰੀ ਗੱਲ ਕੀਤੀ ਉਹਨੇ ਕਿਹਾ, ਗੱਲ ਇਹ ਹੈ ਕਿ ਜਪਜੀ ਸਾਹਿਬ ਵਰਗੀ ਰਚਨਾ ਬੜੀ ਭਾਰੀ ਰਚਨਾ, ਸੁਰਤ ਸਾਡੀ ਬੜੀ ਪੇਤਲੀ ਹੈ, ਸੁਰਤ ਭਾਰ ਨਹੀਂ ਚੁੱਕਦੀ, ਉਹਦਾ ਥੱਕ ਜਾਂਦੀ ਇਸ ਕਰਕੇ ਛੱਡ ਕੇ ਭੱਜ ਜਾਂਦੀ। ਉਹ ਕਹਿੰਦਾ ਠੀਕ, ਪ੍ਰੋਬਲਮ ਸਮਝ ਆਉਂਦੀ ਹੈ, ਪ੍ਰੋਬਲਮ ਦਾ ਹੱਲ ਵੀ ਤਾਂ ਹੋਏਗਾ ਕੋਈ। ਉਹ ਕਹਿੰਦੇ ਗੱਲ ਇਹ ਹੈ, ਸਰਦਾਰ ਸਾਹਿਬ ਡਾਕਟਰ ਗੁਰਤਾਰਨ ਸਿੰਘ ਸੀਗੇ, ਕਹਿੰਦੇ ਆਪਣੇ ਜੀਵਨ ਵਿਹਾਰ 'ਤੇ ਵੇਖ, ਘਰਾਂ ਥਾਵਾਂ ਅਤੇ ਆਲੇ ਦੁਆਲੇ, ਅਸਲੀ ਲੈਵਲ 'ਤੇ ਹੈ ਕੀ ਹੈ, ਮੈਂ ਰੱਬ ਦਾ ਤਰਸ ਮੰਗਣਾ, ਰੱਬ ਦੀ ਕਿਰਪਾ ਮਾਨਾ ਮੰਗਦਾ ਹਾਂ, ਪਰ ਜਿੱਥੇ ਮੇਰਾ ਆਪਣਾ ਫਰਜ਼ ਬਣਦਾ ਹੈਗਾ ਇੱਕ ਫਾਦਰ ਦੇ ਤੌਰ 'ਤੇ, ਇੱਕ ਮਦਰ ਦੇ ਤੌਰ 'ਤੇ, ਇੱਕ ਪੁੱਤ ਦੇ ਤੌਰ 'ਤੇ, ਇੱਕ ਧੀ ਦੇ ਤੌਰ 'ਤੇ, ਇੱਕ ਨੂੰਹ ਦੇ ਤੌਰ 'ਤੇ, ਆਪਣਾ ਰੋਲ ਹੀ ਪ੍ਰੋਪਰ ਨਹੀਂ ਕਰਦਾ ਮੈਂ। ਦੇਖੋ ਨਾ, ਵਿਹਾਰਕ ਤੌਰ 'ਤੇ ਜਦੋਂ ਮੈਂ ਉੱਥੇ ਖੜ੍ਹਦਾ ਹੀ ਨਹੀਂ ਸਹੀ ਰੂਪ ਦੇ 'ਚ, ਮੇਰੀ ਤਾਂ ਆਪਣੀ ਕੌਨਸ਼ੀਅਸ ਮੈਨੂੰ ਕੁਰੇਦੇਗੀ ਕੀ ਕਰ ਰਿਹਾ ਤੂੰ। ਇਹ ਜੇ ਦਿਆਨਤਦਾਰੀ ਆ ਜਾਏ ਨਾ ਤਾਂ ਐਸਾ ਨਹੀਂ ਕਿ ਮਾਲਕ ਤਰਸ ਨਹੀਂ ਕਰਦਾ, ਫਿਰ ਉਹ ਨਿਵਾਜ ਦਿੰਦਾ ਹੈਗਾ। ਇਹ ਮੇਰੇ 'ਤੇ ਡਿਪੈਂਡ ਕਰਦਾ ਹੈ ਮੈਂ ਕਿੱਥੇ ਖੜ੍ਹਾ ਹੈਗਾ। ਇੱਥੇ ਸਾਹਿਬ ਨੇ ਜ਼ਿਕਰ ਕੀਤਾ ਕਿ ਹਕੀਕਤ ਇਹ ਹੈ, ਜੀਵਨ ਕਾ ਦਾਤਾ ਇੱਕ ਹੈ, ਸਭ ਦਾ ਇੱਕੋ ਹੀ ਦਾਤਾ, ਸਭ ਨੂੰ ਦੇਣ ਵਾਲਾ, ਬੀ ਆ ਨਹੀਂ ਹੋਰ, ਨਾਨਕ ਕੀ ਬੇਨੰਤੀ ਆ ਮੈਂ ਤੇਰਾ ਜ਼ੋਰ। ਹੇ ਨਾਨਕ ਕਹਿ ਦੇ ਮੇਰੀ ਬੇਨਤੀ ਇਹ ਹੈ ਮਾਲਕਾ, ਆਪਣੀ ਕੋਈ ਹੋਰ ਸਮਰੱਥਾ ਨਹੀਂ ਗੀ, ਆਪਣਾ ਜ਼ੋਰ ਤੂੰ ਹੀ ਹੈ। ਫਿਰ ਅਰਦਾਸ ਵਿੱਚ ਇੱਕ ਹੋਰ ਅਰਦਾਸ ਸ਼ਾਮਿਲ ਕੀਤੀ ਗੁਰੂ ਸਾਹਿਬ ਨੇ,
ਇਹ ਕਹਿਣਾ ਕਿ ਕਰਨ ਕਰਾਉਣ ਵਾਲਾ ਤੂੰ ਆਪ ਹੀ ਆਪ ਹੈ, ਆਪਾਂ ਕੁਝ ਨਹੀਂ ਹੈਗੇ, ਬਸ ਇੱਕ ਕਿਰਪਾ ਕਰੀ, ਜਿਹੜੇ ਕਰਮ ਤੈਨੂੰ ਸੋਭਦੇ ਤੈਨੂੰ ਠੀਕ ਲੱਗਦੇ ਉਹੀ ਕਰਾਈ ਅਤੇ ਉਹਦਾ ਵਾਸਤੇ ਮਾਹੌਲ ਬਣਾਈ। ਜਿਹਨੂੰ ਅਸੀਂ ਵਾਕ ਪੜ੍ਹਦੇ ਹਾਂ ਨਾ ਕਿ ਇਹ ਮੇਰੇ ਮਾਲਕ ਤੇਰੇ ਅੱਗੇ ਦਿਲੀ ਅਰਦਾਸ ਹੈ, ਅਤੇ ਅਰਦਾਸ ਇਹ ਹੈਗੀ ਕਿ ਇਹ ਜਿਹੜੀ ਹੈ ਨਾ ਰਸਨਾ, ਇਹ ਜਿਹੜਾ ਜੀਵਨ ਹੈ, ਇਹ ਰੱਬ ਰੱਬ ਜਪੇ ਅਲਾਪੇ, ਪਰ ਇਹਦੇ ਨਾਲ ਸੇ ਸੰਯੋਗ ਕਰੋ ਮੇਰੇ ਪਿਆਰੇ, ਸੰਯੋਗ ਕਰੀ, ਹਾਲਾਤ ਬਣਾਈ, ਮਾਹੌਲ ਬਣਾਈ, ਸਰਕਮਸਟਾਂਸਿਸ ਬਣਾਈ, ਜਿਹਦੇ ਨਾਲ ਮੈਂ ਤੇਰੇ ਨਾਲ ਸਾਂਝ ਬਣਾ ਸਕਾਂ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭਾਈ ਸਾਹਿਬ ਸਮਾਪਨ ਕਰਾਉਣਗੇ, ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ,